ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਖਬਰ ਪੰਜਾਬ ਤੋਂ ਜਿੱਥੇ ਕੱਲ੍ਹ ਦੇ ਵਿੱਚ ਪੜਦੀ 19 ਸਾਲਾਂ ਦੀ ਕੁੜੀ ਮਾਪਿਆਂ ਦੀ ਇੱਜ਼ਤ ਨੂ ਰੂਲ ਕੇ ਪ੍ਰੇਮੀ ਨਾਲ ਹੋਈ ਫਰਾਰ ਤੇ ਜਾਂਦੀ ਹੋਈ ਕਰ ਗਈ ਇਹ ਕਾਹਨ ਪੂਰਾ ਪਰਿਵਾਰ ਡੁੱਬਾ ਕਰ ਦੇ ਤੋਂ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਘਟਨਾ ਜੀਲਕਪੁਰ ਤੋਂ ਸਾਹਮਣੇ ਆਈ ਹੈ ਜਿੱਥੇ 19 ਸਾਲਾਂ ਲੜਕੀ ਰੋਜ਼ਾਨਾ ਹੀ ਜੀਲਕਪੁਰ ਤੋਂ ਚੰਡੀਗੜ੍ਹ ਦੇ ਕਾਲਜ ਵਿੱਚ ਪੜ੍ਹਨ ਲਈ ਜਾਂਦੀ ਸੀ। ਬੁੱਧਵਾਰ ਨੂੰ ਇਹ ਲੜਕੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਚੰਡੀਗੜ੍ਹ ਕਾਲਜ ਪੜ੍ਹਨ ਵਾਸਤੇ ਰਵਾਨਾ ਹੋਈ। ਉੱਥੇ ਹੀ ਇਸ ਲੜਕੀ ਦੀ 2 ਵਜੇ ਦੇ ਕਰੀਬ ਫੋਨ ਆਇਆ ਕਿ ਉਹ ਘਰ ਵਾਪਸ ਆਉਣ ਲਈ ਬੱਸ ਵਿੱਚ ਬੈਠ ਗਈ ਆ ਪਰ ਸ਼ਾਮ ਤੱਕ ਲੜਕੀ ਦੇ ਘਰ ਨਾ ਆਉਣ ਤੇ ਮਾਪਿਆਂ ਵੱਲੋਂ ਚਿੰਤਾ ਸ਼ੁਰੂ ਹੋ ਗਈ ਤੇ ਚਿੰਤਾ ਦੇ ਵਿੱਚ ਉਹਨਾਂ ਦੇ ਵੱਲੋਂ ਪਾਲ ਸ਼ੁਰੂ ਕੀਤੀ ਗਈ ਜਦੋਂ ਉਸ ਨੂੰ ਫੋਨ ਮਲਾਇਆ ਗਿਆ ਤਾਂ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ ਜਿਸ ਤੋਂ ਬਾਅਦ ਮਾਪਿਆਂ ਵੱਲੋਂ ਉਸਤੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਪਰ ਲੜਕੀ ਦੇ ਕਿਤੇ ਵੀ ਨਾ ਮਿਲਣ ਦੇ ਵੱਲੋਂ ਉਹਨਾਂ ਨੂੰ ਘਰ ਦੇ ਵਿੱਚ ਅਲਮਾਰੀ ਦੇ ਜਦੋਂ ਤਲਾਸ਼ੀ ਲਈ ਗਈ ਤਾਂ ਹੈਰਾਨ ਰਹਿ ਗਿਆ ਜਦਕਿ ਲੜਕੀ ਘਰ ਦੇ ਵਿੱਚ ਰੱਖੇਗਾ 10 ਲੱਖ ਰੁਪਏ ਦੀ ਨਕਦੀ ਵਿੱਚੋਂ 8 ਲੱਖ ਰੁਪਏ ਗਾਇਬ ਸਨ ਜੋ ਲੜਕੀ ਜਾਂਦੇ ਹੋਏ ਆਪਣੇ ਨਾਲ ਲੈ ਗਈ ਸੀ ਕਰ ਵਾਲਿਆਂ ਦੇ ਵੱਲੋਂ ਤਹਿਕੀਕਤ ਕੀਤੇ ਜਾਣ ਤੇ ਪਤਾ ਲੱਗਾ ਕਿ ਭਲਾਚੌਰ ਦਾ ਇੱਕ ਨੌਜਵਾਨ ਉਹਨਾਂ ਦੀ ਲੜਕੀ ਨੂੰ 8 ਲੱਖ ਰੁਪਏ ਦੀ ਚੋਰੀ ਕਰਵਾ ਕੇ ਕਿਧਰੇ ਵਰਗਲਾ ਕੇ ਲੈ ਗਿਆ ਹੈ ਲੜਕੀ ਦੇ ਪਿਤਾ ਵੱਲੋਂ ਲੜਕੀ ਅਤੇ ਲੜਕੇ ਦੋਹਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਧੰਨਵਾਦ